ਦਿਹਾੜੇ ਨੇੜੇ ਨੇ, ਸਾਰਾ ਦਿਨ ਰੋਸੋ ਜਿੱਥੇ ਜਿੱਥੇ ਮੌਲਾ ਦੀ ਮਜਲਿਸ ਉੱਥੇ ਉੱਥੇ ਜਾ ਸੋ। ਤੁਹਾਡੇ ਤੋਂ ਪਹਿਲੇ ਆਈ ਆਉਂਦੀ ਹੈ ਹੁਸੈਨ ਦੀ ਮਾਂ, ਔਰ ਇੰਤਜ਼ਾਰ ਕਰ ਰਹੀ ਆਉਂਦੀ ਹੈ ਕੋਈ ਆਏ ਆਖੇ ਤੇਰੇ ਪੁੱਤਰਾਂ ਦਾ ਬੜਾ ਅਰਮਾਨ। ਲੋਕਾਂ ਬੜਾ ਮਾਰਿਆ ਇਸ ਘਰਾਨੇ ਨੂੰ, ਬੜਾ ਹੋਇਆ। ਮੈਂ ਹੀ ਦੁਆ ਮੰਗਾਉਣੀ ਬਰਾਦਰ ਮੋਹਤਰਮ ਆਖਿਆ ਅਤੇ ਹੁਕਮ ਨਾਲ ਦੇ ਗਏ ਬੇ ਸ਼ਹਾਦਤ ਉਜ਼ਮਾ, ਸ਼ਹਾਦਤ ਇਮਾਮ ਹੁਸੈਨ ਅਲੈਹਿਸ ਸਲਾਮ ਪੜ੍ਹੋ। ਬਿਸਮਿਲ੍ਲਾ ਬਾਬਾ ਜੀ, ਬਿਸਮਿਲ੍ਲਾ ਕਰਾਂ, ਮੌਲਾ ਸਲਾਮਤ ਰੱਖੇ ਬਾਬਾ ਜੀ। ਬਿਸਮਿਲ੍ਲਾ ਬਾਬਾ ਜੀ, ਮੌਲਾ ਤੁਹਾਨੂੰ ਹਮੇਸ਼ਾ ਆਬਾਦ ਰੱਖੇ। ਦੁਆ ਫਰਮਾਈ ਕਰੋ ਮੌਲਾ ਤੁਹਾਡਾ ਸਾਇਆ ਸਲਾਮਤ ਰੱਖੇ ਇਨਸ਼ਾਅੱਲਾ। ਸ਼ਹਾਦਤ ਉਜ਼ਮਾ, ਸ਼ਹਾਦਤ ਇਮਾਮ ਹੁਸੈਨ ਅਲੈਹਿਸ ਸਲਾਮ। ਰੋਜ਼ ਮਸਜਿਦ ਮਜਲਸਾਂ 'ਚ ਹੁੰਦੇ ਨੇ ਬਾਵੇਰੀ, ਫਿਰ ਵੀ ਮੁਸਲਸਲ ਗਿਰੀ ਆ, ਫਿਰ ਵੀ ਮੁਸਲਸਲ ਹੈ ਸਫੇ ਆਜ਼ਾਦ। ਅਤੇ ਨਹੀਂ ਪਤਾ ਜ਼ਿੰਦਗੀ ਦਾ ਕੱਲ੍ਹ ਕੌਣ ਉਸੀ, ਆਪਣੀ ਅਕਬਤ ਵਾਸਤੇ ਵਕਤ ਮਿਲ ਗਿਆ, ਤੁਹਾਡੇ 'ਤੇ ਪਾਬੰਦੀ ਨਹੀਂ ਹੈ। ਨਾ ਮੈਂ ਸ਼ਬੀਰ 'ਤੇ ਵੀ ਗਿਰੀਆ ਹੋ ਸਕਦਾ ਹੈ ਜੇ ਅਗਰ ਹਾਜ਼ਰ ਹੋ ਤੁਸੀਂ। ਤਾਂ ਮੌਲਾ ਦੀ ਸ਼ਹਾਦਤ ਹੁਕਮੇ ਮੈਂ ਸਵਾਲ ਕਰਦਾ ਤੁਹਾਡੇ 'ਤੇ, ਜਵਾਬ ਦਿਓ ਮੈਂ ਮੌਲਾ ਦੀ ਕਿਹੜੀ ਕਿਹੜੀ ਸ਼ਹਾਦਤ ਕਰਾਂ। ਸਲਾਮਤ ਰੋਸ਼ਾਲਾ ਐਡੀ ਉੱਚੀ ਹੈ ਕਰਨ ਵਾਲੇ ਆਜ਼ਾਦਾਰ। ਬਿਸਮਿਲ੍ਲਾ ਬਾਬਾ ਜੀ, ਕੋਈ ਇੱਕ ਵਾਰੀ ਮਾਰਿਆ ਨੇ? ਨਾਸ਼ਾ ਜੀ ਬੋਲਿਆ ਹੈ, ਕੋਈ ਇੱਕ ਵਾਰੀ ਮਾਰਿਆ ਨੇ? ਨਹੀਂ, ਅਲੀ ਅਕਬਰ ਚਾਵਣ ਗਏ ਤਾਂ ਵੀ ਲੋਕਾਂ ਮਾਰੇ, ਉੱਥੋਂ ਹੀ ਆਏ ਆਵੇ। ਕਾਸਮ ਚਾਵਣ ਗਏ ਤਾਂ ਵੀ ਮਾਰੇ, ਉਹਨੂੰ ਮੁਹੰਮਦ ਦੀ ਲਾਸ਼ 'ਤੇ ਗਏ ਤਾਂ ਵੀ ਮਾਰੇ। ਬਿਸਮਿਲ੍ਲਾ ਬਜ਼ੁਰਗੋ, ਜਿਸ ਲਾਸ਼ 'ਤੇ ਗਿਆ ਸ਼ਬੀਰ ਲੋਕਾਂ ਮਾਰਿਆ ਹੈ, ਘਰ 'ਤੇ ਅਲਮ ਹੈ, ਹਾਜ਼ਰੀਆਂ ਪਕਹਿੰਦੇ ਹੋ, ਦੁਆਵਾਂ ਮੰਗਦੇ ਹੋ, ਤੁਹਾਡੀ ਹੈ ਆ ਵੈਸੀ ਇੱਕ ਦੀ ਲਾਸ਼ ਦੇ ਜਾਣਿਆਂ ਤਾਈਂ ਤਾਂ ਇਤਨਾ ਮਾਰਿਆ ਨੇ, ਉਹਦੇ ਬਾਜ਼ੂ ਚੁੰਮ ਕੇ ਆਦਾਈ ਤੇਰੇ ਬਾਅਦ ਮੈਂ ਬੜਾ ਗਰੀਬ। ਤੁਹਾਡਾ ਭਲਾ ਹੋਵੇ, ਤੁਹਾਡਾ ਭਲਾ ਹੋਵੇ ਜਿਹਦੀ ਹੈ। ਬਿਸਮਿਲ੍ਲਾ ਸਲਾਮਤ ਰਹੋ ਮੇਰਾ ਮੌਲਾ, ਇਨ ਆਵਾਜ਼ਾਂ ਤੇ ਰਾਮ ਫਰਮਾ। ਬਿਸਮਿਲ੍ਲਾ ਬਾਬਾ ਜੀ, ਬਿਸਮਿਲ੍ਲਾ ਖਰਾ ਮਾਣ ਬੇਸ਼ੱਕ ਜਿਹਦੇ ਆਸਰੇ ਤੇ ਅਲੀ ਦੀਆਂ ਧੀਆਂ ਵਤਨ ਛੋੜ। ਹਾਏ 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 ਹਾਏ, ਇਹ ਮਾਰਨ ਨਾਲੋਂ ਨਾ ਭਾਈ ਮੈਂ ਲਿਖਿਆ ਤੁਹਾਡੇ ਨਾਲ ਹਾਂ, ਇੱਕ ਲੰਮਾ ਬਚ ਗਿਆ ਮਜਲਿਸ, ਇੱਕ ਲੰਮਾ ਜ਼ਰਾ ਗੌਰ ਕਰਾਏ, ਮਾਰਨ ਨਾਲੋਂ ਜ਼ਿਆਦਾ ਨਾ ਇਹ ਤਾਨੇ ਦਿੰਦੇ ਹੈ ਅਤੇ ਹਰ ਕਦਮ ਨਾਲ ਪੁੱਛਦੇ ਹਨ ਹੁਣ ਕਿੱਥੇ ਤੁਹਾਡਾ ਅੱਬਾਸ, ਕਿੱਥੇ ਤੁਹਾਡਾ ਮਾਂ, ਕਿੱਥੇ ਤੁਹਾਡਾ ਸਹਾਰਾ, ਤੁਹਾਡੀ ਤੱਕ ਨਾਈ ਪਾਉਂਦੀ ਨੌ ਲੱਖ 'ਤੇ ਜਦੋਂ ਅੱਬਾਸ ਦਾ ਸਾਥ ਦੇਦੇ ਹੋ। ਹੈ ਕਰਨ ਵਾਲੇ ਅਜ਼ਾਦਾਰ ਹੈ ਸਾਰੇ। ਔਰ ਫਿਰ ਮੌਲਾ ਮਜ਼ਲੂਮ ਕਰਬਲਾ ਦਾ ਮਸਾਇਬ ਬਰਾਦਰ ਮੋਹਤਰਮ ਦਾ ਹੁਕਮ ਹੈ, ਮੈਂ ਤੁਹਾਡੇ ਨਾਲ ਜ਼ਰਾ ਜਾਗ ਜਾਓ ਤਾਂ ਕਿ ਮੈਂ ਅਗਲਾ ਜੁਮਲਾ ਪੜ੍ਹ ਸਕਾਂ। ਅਜ਼ਾਦਾਰੋਂ ਬੇਸ਼ੱਕ ਮੁਸ਼ਕਿਲ ਵਿਦਨ, ਸ਼ਹਿਜ਼ਾਦੇ ਅਲੀ ਅਕਬਰ ਦਾ ਵਿਦਾ ਹੀ ਬਹੁ ਔਖਾ ਹੈ, ਮੁਸ਼ਕਿਲ ਵਿਦ ਹੈ। 36 ਜਾਂ 37 ਵਿਦਨ ਇਹ ਜਵਾਨ ਦੇ ਵਿਦਾ ਮੁਸ਼ਕਿਲ ਹੈ, ਅਬਲ ਫਜ਼ਲ ਅੱਬਾਸ ਦਾ ਵਿਦਾ ਮੁਸ਼ਕਿਲ ਹੈ, ਸ਼ਹਿਜ਼ਾਦਾ ਹੈ ਅਮੀਰ ਕਾਸਿਮ ਦਾ। ਲੇਕਿਨ ਉਲਮਾ ਦਿਨ ਸਭ ਤੋਂ ਜਿਹੜਾ ਔਖਾ ਵਿਦ ਹੈ ਨਾ, ਉਹ ਮੌਲਾ ਏ ਹੁਸੈਨ ਅਲੈਹਿਸ ਸਲਾਮ ਦਾ ਆਪਣਾ। ਔਰ ਬੜੇ ਬੜੇ ਬਾਬਾ ਜੀ ਉਲਮਾ ਦੀ ਵਸੀਅਤ ਵੀ ਹੁੰਦੀ ਆਈ ਕਿ ਸਾਡੇ ਜਨਾਜ਼ੇ 'ਤੇ ਮੌਲਾ ਦਾ ਵਿਦਾ ਪੜਾ ਜਾਏ। ਇਹ ਵਿਦਾ ਕੈਸਾ? ਅਗਰ ਸੁਣੋ ਤਾਂ ਮੈਂ ਇੱਕ ਲਫ਼ਜ਼ਾ ਦਾ, ਵਿਦਾ ਐਸਾ ਜਦੋਂ ਅਲੀ ਅਕਬਰ ਗਿਆ ਨਾ, ਬੀਬੀਆਂ ਨੂੰ ਪਤਾ ਆਈ ਜੋ ਹੁਸੈਨ ਹੈ। ਕੋਈ ਤਾਂ ਸਮਝ ਰਿਹਾ, ਜਦੋਂ ਅੱਬਾਸ ਗਿਆ ਉਦੋਂ ਪਤਾ ਨੇ ਜੋ ਹੁਸੈਨ ਹੈ। ਜਦੋਂ ਸ਼ਬੀਰ ਆਖੇ ਨਾ, 96 ਘੰਟੇ ਦੇ ਤੱਸੇ ਪਰਦਾਦਾਰ
हाय 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 मौला इन आवाज़ों तो राम फरमा जो अकबर दे बाबे आख बिस्मिल्ला जो अकबर दे बाबे आख है ना मेरे 96 घंटे दे तस्से परदादार मेरा आखरी पढ़ो नाल जुमला आखरी सलाम तो हर बीबी दा वैन है शबीर तेरे बाद असा किस पासे जाना है सलामत रहो जिन्हां दे हथ मातम वास्ते उठ रहे इंशाल्लाह कहंदे मोहताज ना हो किस पासे वञना है रोमन वाले आजादारो इमाम जख्मी शबीर खैमे चु कदम च है एक लम्मा मैं दें एक लम्मा सरा जा के सुन दे तुरे है हर बीबी चौगिरदों आई है ते मेरे मौला ने बीबिया नाल विदे किते सिदिक रिवायत में पढ़ूँगा इंज मेरे मौला ने अबाल आई है ते अबादियाँ अकबर दे बाबे ने पट्टियाँ बनाईया एक एक परदादार नो शबीर करीब बुलेंदा गए अम्मा फिजा जी मेरा हुसैन मेरे करीब करीब आई अकबर दे बाबे ने जनाबे फिजा दी चादर ते इंज पट्टी बत्ती वत बई परदादार फिर शबीर पट्टी बद्दी वत बई परदादार चादर सर ते उत्ते शबीर पट्टी बद्दी सी पहुँच गया तो मैं जुमला पे याद आ जदों आई है ना 4 साल दी थी दीवारी सलामत रहो है करण वाले मैं सदके हो जावा मेरा मौला साढ़े आंसू गिरिया है यकीनन कबूल है तुहाडे आंसू रुखसार ते आ गया दुआ दे रहे मौला करबला दा जवार बना लें 4 साल दी धी दीवारी आई बाबा ओ मेरा मजलूम बाबा ओ मेरा बेवतन बाबा ये सारे सरां ते पट्टियां क्यों पिया बनने शब्बीर फरमाए मेरी धी मर्द नो दौड़ना पै जाए ओदा अमामा ढह बंदा है अल्लाह ना करे किसे दियां धियां नो त्रिखे कदम चाणे पै जाए उन्हां दियां चादरां लै वेंदियां ना हाथ चुमके आ दिए बाबा साड़ियां चादरां लासे ना शबीर फरमाए मेरे लाहन दी देरे शिमर खैमे आ जाएगा जिन्हां दे हथ मातम वास्ते होठन मेरा मौला ए हथ जरिया नाल जाके लगे जड़ियाँ आवाज़ा बुलंद हो रही हैं मेरा मौला जी ना अखा चू आंसू आ रहे हैं ये अखा मौला दी जरी नाल जाके लगे मैं दुआ दे के जा रहा थोड़े वास्ते रोमन वाले असादारो तो वत मेरे मौला ने कीता विदा विदा सुनया जे मेरे अलवे दे पायो मुश्किल विदा है दू हस्तियाँ नाल एक भैन नाल एक थी नाल तुरदे वारी कई वारी शबीर भैन दियाँ गिसणियाँ चुमद आई कई वारी भैन भिरा द गल चुमद आई रोमन वाले आजादारो जदों धी विदा कीता है खैमे विच मौला निकले ना ते धी सामने अज भी यकीनन बार कम कार ते जांदे हो रोज़ मरा जांदे हो रोज़ वेंदे हो ते धी छोटी होवे तो रोज़ सामने आ वेंदी हो सी तो सानू प्यार करके आख दे सो कि बेटा तू घर रह जा मैं शामी आ जा सा खुशाब वाले ओ धी ओ भी चुप नहीं करें दी जे को प्यू आखे मैं आ वैसा ओ किमें चुप करे हा जिदा मुँह चुमके आदा है जिथे जा मिली उथाई सो जा बाबे कोई न आना मेरे मौला साढ़े आंसू गिरिया है दर्द कबूल फरमा अज रजीम अतीम अता फरमा रोमन वाले आजादारो शबीर फरमाए मेरी धी जिथे जगह मिल जाई उथे सो जावे अदिये बाबा वादा होया वादा होया बाबा मैं पत्थरां दे तकिए बना के सो जा बाबा मैं जिंदा निभा ले सा सुलझना बाबा जी दू जुमले मजीद पढ़ा इन्हें आजादारा मातमिया को इस टाइम दुआ घिना और जड़ी बीबी बकिया छोड़ के आई है उस सारा को दुआ दे के जावे है करण वाले आजादारो मेरे मौला वेखे है तो सुलझना तैयार है जीन रखी हुई रखा पा वागा मेरे लिबास वेखा है
ਤਿਆਰ ਸਵਾਰੀ ਨੂੰ ਵੇਖ ਕੇ ਇੱਕ ਵਾਰੀ ਮੌਲਾ ਸਜੇ ਵੇਖਿਆ, ਫਿਰ ਖੱਬੇ ਵੇਖਿਆ ਤੇ ਉੱਚੇ ਆਵਾਜ਼ ਨਾਲ ਪਿਆ ਦੇ ਗਾਜ਼ੀ ਮੇਰਾ ਲਹਿ ਗਏ, ਅਕਬਰ ਮੇਰਾ ਸੁੱਤਾ ਹੋਇਆ ਹੈ, ਕਾਸਿਮ ਮੇਰਾ ਸ਼ਹੀਦ ਹੋ ਗਏ। ਮੈਂ ਲਿਖਿਆ ਭਾਈ ਜਿਹੜੇ ਹੈ ਨੋ ਕਰ ਰਹੇ ਓਨੋ ਮੁਹੰਮਦ ਮੇਰੇ ਬੋਲੋ ਲਹਿ ਗਏ। ਇਹ ਮੇਰੀ ਸਵਾਰੀ ਕਹਿ ਤਿਆਰ ਕੀਤੀ ਹੈ, ਪਤਾ ਨਹੀਂ ਕੌਣ ਹੈ ਕਰ ਸੀ। ਇੱਕ ਬੀਬੀ ਏ ਜਿਹੜੀ ਸਰ ਝੁਕਾ ਕੇ ਆਈਏ ਤੇਰੇ ਨੌਕਰ ਅਬਾਸ ਦੀ ਭੈਣ, ਫਰਮਾਇ ਤੈਨੂੰ ਕਿਵੇਂ ਪਤਾ ਹੈ ਕਿਵੇਂ ਤਿਆਰ ਕਰੀਦਾ? ਫਰਮਾਇ ਸਾਰੀ ਰਾਤ ਅਬਾਸ ਮੈਨੂੰ ਵੱਖਰੇ ਖੈਮੇ ਲੈ ਗਏ ਤੇ ਮੈਨੂੰ ਦਸਤਾ ਰਾਏ ਸੁਬੋ ਨਾ ਮੈਂ ਹੋਣਾ। ਤੁਹਾਡਾ ਭਲਾ ਹੋਵੇ, ਤੁਹਾਡਾ ਭਲਾ ਹੋਵੇ ਜਿਹੜੇ ਹੈ ਉੱਚੀ ਕਰ ਰਹੇ ਹੋ। ਚਲ ਆਪਣੇ ਕਹਿ ਕੰਮ ਵਿੱਚ ਹੈ ਨਾ ਕਰੋ। ਰੋਣ ਵਾਲੇ ਆਜ਼ਾਦਾਰੋ ਜ਼ਖਮੀ ਸ਼ਬੀਰ ਬਜ਼ੁਰਗੋ ਤੁਹਾਡੀ ਹੈ ਉੱਚੀ ਆਈ, ਮੇਰਾ ਦਿੱਲੇ ਨਾ ਜਵਾਨਾਂ ਦੀ ਹੈ ਬੁਲੰਦ ਆਵੇ ਤੇ ਵਹਿਣ ਕਰਾਂ। ਰੋਣ ਵਾਲੇ ਆਜ਼ਾਦਾਰੋ ਜ਼ਖਮੀ ਮੌਲਾ ਬਹਿ ਗਏ ਸਵਾਰੀ ਤੇ ਆਏ ਮੈਦਾਨ ਵਿੱਚ ਹੈ ਤੇ ਕੀਤਾ ਹਮਲਾ ਤੇ ਫੌਜ ਨਸੀ। ਪਤਾ ਇਮਾਮ ਕਿਆ ਖੈ? ਮੌਲਾ ਫਰਮਾਏ ਰੁਕੋ ਖੜੋ, ਤੁਸਾਂ ਮੇਰਾ ਮਾਣ ਮਾਰਿਆ। ਤੁਸਾਂ ਮੇਰਾ ਸਹਾਰਾ ਮਾਰਿਆ, ਫੌਜ ਨਸੀ। ਬਿਸਮਿਲ੍ਲਾ ਬਜ਼ੁਰਗੋ ਤੁਹਾਡੀ ਹੈ ਆਈਏ, ਮੇਰਾ ਦਿੱਲੇ ਸਾਰੇ ਅਜ਼ਾਦਾਰਾਂ ਦੀ ਹੈ ਬੁਲੰਦ ਆਵੇ। ਔਰ ਤੁਹਾਨੂੰ ਪਤਾ ਹੈ ਕਿ ਇੱਕ ਲਾਸ਼ ਨਾਲੋਂ ਘੋੜਾ ਅਕਬਰ ਦੇ ਬਾਬੇ ਦਾ ਗੁਜ਼ਰਾ ਹੈ ਜਿਹਦੇ ਬਾਜ਼ੂ ਨਾਲ ਕੋਈ ਨਾ ਤੇ ਕੱਪੇ ਗੱਲ 'ਚ ਇੱਕ ਵੈਣ ਹੈ ਅਕਬਰ ਦਾ ਬਾਬਾ ਜੇ ਆਪ ਲੜਨਾ ਹਾਵੀ ਇੱਕ ਹਮਲੇ ਦੀ ਇਜਾਜ਼ਤ ਨੌਕਰ ਨੂੰ ਦੇਵੇ। ਮਰਹਬਾ ਸ਼ਰਮ ਨਾ ਕਰੋ, ਸ਼ਰਮ ਨਾ ਕਰੋ, ਆਖਰੀ ਅਜ਼ਾਰ ਤੱਕ ਹੈ ਬੁਲੰਦ ਕਰੋ ਵੈਣ ਹੋ ਸਕੇ। ਯਾ ਮਾਂ ਦਾ ਵੈਣ ਆਇਆ ਹੈ ਹੁਸੈਨ, ਉਹ ਮੇਰਾ ਮਜ਼ਲੂਮ ਹੁਸੈਨ, ਹਾਏ ਹਾਏ, ਉਹ ਮੇਰਾ ਮੁਸਾਫਿਰ ਹੁਸੈਨ, ਉਹ ਮੇਰਾ ਬੇਵਤਨ ਹੁਸੈਨ, ਲਹਿਆ ਮਾਰਾ ਤੀਏ ਤਲਵਾਰ ਅਕਬਰ ਦੇ ਬਾਬੇ ਨਿਆਮ ਵਿੱਚ ਪਾਤੀ। ਹੁਣ ਹਰ ਪਾਸੋਂ ਡਰਦਾ ਖਣਾ ਮੈਂ ਕਿਵੇਂ ਪੜ੍ਹਾਂ, ਹਰ ਪਾਸੋਂ ਤੀਰਾਂ ਦੀ ਬਾਰਿਸ਼। ਮੈਂ ਸ਼ਾਇਦ ਜਲਦੀ ਪੜ ਗਿਆ। ਹਰ ਪਾਸੋਂ ਨੇਜ਼ੇ ਤੀਰ ਤਲਵਾਰਾਂ, ਪੜਾ ਜੁਮਲਾ, ਜਹਿੰਦੇ ਹੱਥ ਜੋ ਵਤ ਕੁਝ ਲਾਜ਼ਾ। ਕੁਝ ਦੇਰ ਨਾਜ਼ੀਨ ਤੇ ਆਈ, ਮੈਨੂੰ ਪਤਾ ਹੈ ਹਬਸ ਹੈ, ਲੇਕਿਨ ਅਕਬਰ ਦੇ ਬਾਬੇ ਦੀ ਸ਼ਹਾਦਤ ਹੈ ਸੁਣੀ ਜ਼ਰਾ ਜਾਗ ਕੇ। ਨਾਜ਼ੀਨ ਤੇ ਆਈ ਨਾ ਜ਼ਮੀਨ ਤੇ, ਤੀਰ ਜ਼ਮੀਨ ਤੇ ਢਾਂਦੇ ਗਏ, ਮੌਲਾ ਜ਼ਮੀਨ ਤੇ ਆਉਂਦੇ ਗਏ। ਪਤਾ ਨਹੀਂ ਕੌਣ ਤੁਹਾਡੇ ਚੁਹਾਏ ਕਰੇਗਾ। ਜ਼ੁਲ ਜਨਾ ਅਕਬਰ ਦੇ ਬਾਬੇ ਦੇ ਚਾਰੇ ਪਾਸੋਂ ਫਿਰਿਆ ਹੈ, ਜਿਹੜਾ ਤੀਰ ਆਉਂਦਾ ਹੈ ਜਿਸਮ ਤੇ ਚਲੈਂਦਾ, ਇਹ ਪਾਸਾ ਪੁਰ ਹੋ ਗਿਆ ਪਰ ਇਹ ਪਾਸੇ ਵਧਿਆ, ਜਿਹੜਾ ਤੀਰ ਆਉਂਦਾ ਹੈ ਜਿਸਮ ਤੇ ਚਲੈਂਦਾ, ਇੱਕ ਤੀਰ ਨਾਲੋਂ ਛੁੱਟ ਕੇ ਅਤੇ ਅਕਬਰ ਦੇ ਬਾਬੇ ਕੋ ਲੱਗਾ ਹੈ। ਤੁਹਾਡੀ ਕਹਿੰਦੀ ਹੈ ਆਈਏ, ਆਪਣਾ ਸਰ ਜ਼ਮੀਨ 'ਤੇ ਰੱਖ ਕੇ ਆਦੇ ਮੌਲਾ ਮਾਂ ਅੱਗੇ ਸ਼ਿਕਾਇਤ ਨਾ ਕਰੇ। ਇੱਕ ਮੈਣ ਬਾਬਾ ਜੀ ਕਰਾ ਦੇ ਵਾਹਿ ਮੌਲਾ ਸਲਾਮ, ਮਾਂ ਅੱਗੇ ਸ਼ਿਕਾਇਤ ਨਾ ਕਰੇ, ਮਾਰਨ ਵਾਲੇ ਜ਼ਿਆਦਾ ਹਨ, ਬਚਾਵਣ ਵਾਲਾ ਮੈਂ ਇੱਕ ਹਾਂ, ਅਤੇ ਵੱਤ ਆਪਣੀ ਜ਼ੁਬਾਨ 'ਚ ਐਸਤਾ ਐਸਤਾ ਮੌਲਾ ਕੋ ਅਰਜ਼ ਕਰ ਰਿਹਾ ਹੈ, ਮੌਲਾ ਉੱਠਿਆ ਏ ਨਹੀਂ, ਮੌਲਾ ਇਹ 9 ਲੱਖ ਤੁਹਾਡੀ ਇੰਤਜ਼ਾਰ ਵਿੱਚ, ਮੌਲਾ ਤੁਸਾਂ ਉੱਠ ਸੋ, ਇਹ ਤੋਂ ਕੁਮਾਰ ਦੇ ਸਿਨ
मौला मेरा दिल ले एक दफा वला तुहाडी भैन तुहाडा चेहरा देख ले। हाय 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 रमन वाले आजादारो सुलझन आधा खड़ा है या अचानक इस जुमले थे ना बाबा जी रुक के मैं वैन पिया करें ना टाइम बड़ा हो गया है चंद बंदियां दी मेरा दिल ले हाय आवे मजीद वैन शुरू कर देवा। अचानक शब्बीर दोवें तलियां जमीन तो चाहियन तो उठ आए सुलझना पूछे मौला खैर तो है या शब्बीर फरमाए सुन वैन जो सुनया तो फौजें चु एक वैन पिया आंदाई बाबा है बाबा मैं को रहा नहीं लभदा मरहबा मरहबा जड़े है पै कर लियो आदि बाबा दसिया जिदे कोल पुछ दियाँ जुलम करें इंतजार है बिस्मिल्लाह आ जा मौला सलामत रख लें जड़े है पै कर लियो आदि बाबा तेरा रह वदी पुछ दिया मेरे लिखाए दो वैन रह गए अजादारो एक शामी नजर आए बीबी आदि बंदे खुदा मेरा बाबा कितई डिठाई कहंदी धीए फरमाए हुसैन दी लफ्ज हुसैन आया है ये हाथ चाया है सैन जमीन ते छणी है लेके लेके हाथ जोड़ के आदि मार ले आई हुण दस जा मरहबा 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 अल्लाह राजी होने अल्लाह राजी हो बिस्मिल्लाह सैयद आदा जीवो में मेरा वीर मैं नौकरा हर अजादार शामिल होवे मेरा वैन सुनया दाले मादे इंज नजर नहीं आंदा मैं तीर चैना चले ना जे को लग वन्ये वह हुसैन रोमन वाले अजादार हो जालिम तीर चाया है निशाना बनाए दीदे देह दे मेरे मौला नो तीर गए आदि बाबा मैं तेरा राह पूछे अल्लमान 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 कोई अजादार रह न जाया हाथ ना ले तमाती शमाता में शामिल हुआ है रमन वाले अजादारो शबीर सर चाया है थी नजर आई है अकबर दे बाबे गर्दन झुकाई है आदि डाडी वाल जल्लो मैं बाबा नहीं सलेला ओ मातमियो धी कदम चाहे जिब्राइल मुंडा हलाया है हुसैन अल्लाह पिया आदई सर चा कब्जा तलवारू तू ओ अल्लाह अर्श हुसैन हलाए ओ अगे औखी थी के अल्लमान 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 कोई मातमी न रह जाए नौकरा हर जदार शामिल वही पढ़ लेना अल्लाह पिया दई सर चा कब्जा तलवारू तू ओ अल्लाह अर्श हुसैन हलाए ओ अगे औखी थी के मिलन आइए तू दीनू आप भुलाया दूहे बाजू फैला के याद है वल्ला मासूमा अल्लमान अल्लमान अल्ला राजी होने रोमन वाले अजादारो मर दिखाए धी वापस वल लिये आदिए बाबा मिट्टी घिनैया तयमम कर पढ़ नमाज नबी लिखड़ा है ने शबीर इरादा की था आदिए बाबा एक लागा मैंने सीने ते समा सैयदा दे रुक जा तेरी जा बनावा जड़े है कर सकदे हो धीरे धीरे पहला तीर कटे धीरे धीरे दूजा तीर कटे धीरे धीरे त्रीजे तीर शबीर इनू हाथ पाए आदि बाबा ना छिक तीर मैं मिटिया तो समझ अल्लमान 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 भलाओ जड़े सर ते मातम पे करे दियो रोमन वाले अजादारो मर लिखाए मातमी आजा पिओ ते धीराज गल्ला नन कीतियां या इनो शिमर आया है शिमर नु आंदा डिठा है धी दा मुंह चमके सैयदा दे मैं उन्नी पुत्र ओ
सबल बरबा नविचाले ओ आ गया है अल्लमान 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 अच्छा बुजुर्गो मैं नौकरा वत कोई मात मेरा है न जाए जड़े मातमियो हाथ नाले पुरसा दिवाए आदिए दादी चा पर जीवे मैं आखा किवे फरमाए दादी तेरा मुख है मैं अलोए मेरा मुंह बाबे अलोए ओ मातमियो फिजा पहला कदम चाहे जालिम पहली जरब चलाइए आदे हुण बुला तेरे बचड़े किदे गाए खंजर तले तड़प के शबीरा दाई कलाजा मैं को हायो कत्ल न कर ओ मैं करना ऐसा तकवाले मेरा नाना अल्लमान अल्लमान हर मातमी मातम करे हवाले में मर करने में लिखाए सैयदाद मेरा नाना आ गए हाय करबल विच ओ घिन दी जहरा नू लाले मातम ते जुड़ गए मेरा वैं सुनाया सैयदाद होंदे नाज़ को दिल हाय अल्लमान अल्लमान हयाती होगी जवानी में मेरा दिल खड़े बैठे आजादार माता में शामिल बाजी मेरा दिल बंदा यू मैं दोहरावा शबीरा दे मैनू मां दे सामने कत्ल न कर ओ मेरे छोड़ दे सर दे वाले सालम कोई हया गिन जो कुछ मंगे दाए कल लाश लुटने ना आवे अज मंगे गिन जो कुछ मंगे दाए कल लाश लुटने ना आवे अज मंगे गिन जो कुछ मंगे दाए कल लाश लुटने ना आवे अज मंगे गिन जो कुछ मंगे दाए कल लाश लुटने ना आवे हो कल मैं डे जख्मी लाश को कल मैं डे जख्मी लाश को ना कोई तकलीफ पहुंचावे अज मंगे गिन जो कुछ मंगे दाए कल लाश लुटने अज मंगे गिन जो कुछ मंगे दाए कल लाश लुटने ना आवे ओ पाशा के मैं डेला
गिन जो कुछ मंगदा है कलला गिन जो कुछ मंगदा है कल लाश लुटने आया ओ मैं जानदा मसरूफ हो सो तु सजांग जितने दिल खुशियां विच मसरूफ हो सो तु सजांग जितने दिल खुशियां विच मड लुटे होए पूर दसा